ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਔਰਤ ਉਦੋਂ ਤੋਂ ਹੀ ਆਪਣੇ ਵਜੂਦ ਦੀ ਤਲਾਸ਼ ਕਰ ਰਹੀ ਹੈ। ਸਮੇਂ-ਸਮੇਂ ਤੇ ਕਾਨੂੰਨ ਬਣਦੇ ਹਨ ਅਤੇ ਕਾਨੂੰਨਾਂ ਦੇ ਵਿੱਚ ਸੋਧ ਵੀ ਹੁੰਦਾ ਹੈ, ਪਰ ਕਾਨੂੰਨ ਵਿੱਚ ਸੋਧ ਦੇ ਨਾਲ ਨਾਲ ਮੌਜੂਦਾ ਦੌਰ ਵਿੱਚ ਆਪਣੇ ਹੱਕਾਂ ਲਈ ਔਰਤਾਂ ਨੂੰ ਦਿਮਾਗੀ ਤੌਰ ਤੇ ਵੀ ਮਜ਼ਬੂਤ ਹੋਣਾ ਪਵੇਗਾ, ਤਾਂ ਹੀ ਔਰਤ ਆਪਣੇ ਵਜੂਦ ਦੀ ਤਲਾਸ਼ ਕਰ ਸਕੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਦੁਆਬਾ ਗਰੁੱਪ ਵਿਖੇ ਚੱਲ ਰਹੇ ਜ਼ੋਨਲ ਯੂਥ ਫੈਸਟੀਵਲ ਅਤੇ ਫਰੈਸ਼ਰ ਪਾਰਟੀ ਦੇ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਦੇ ਦੌਰਾਨ ਕੀਤਾ। ਇਸ ਮੌਕੇ ਤੇ ਗੈਸਟ ਆਫ ਆਨਰ ਦੇ ਤੌਰ ਤੇ ਪੁੱਜੇ ਸਮਾਜ ਸੇਵੀ ਕੁਲਦੀਪ ਸਿੰਘ, MS ਬਾਟ ਚੇਅਰਪਰਸਨ ਦੁਆਬਾ ਗਰੁੱਪ, ਡਾਕਟਰ HS ਬਾਟ ਪ੍ਰਧਾਨ ਦੁਆਬਾ ਖਾਲਸਾ ਟਰੱਸਟ, ਮਨਜੀਤ ਸਿੰਘ ਐਗਜ਼ੀਕਿਊਟਿਵ ਵਾਈਸ ਚੇਅਰਪਰਸਨ ਦੁਆਬਾ ਗਰੁੱਪ ਅਤੇ ਕਈ ਹੋਰ ਵੀ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ। ਇਸ ਮੌਕੇ ਤੇ ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਨੇ ਆਪਣੇ ਵਿਚਾਰ ਵਟਾਂਦਰੇ ਸਾਂਝੇ ਕੀਤੇ। ਬਿਲਕੁਲ, ਬਹੁਤ ਖੁਸ਼ੀ ਹੋ ਰਹੀ ਹੈ ਕਿ ਜੋ ਅੱਜ ਕਾਲਜ ਨੇ ਤੁਹਾਡੇ ਥਰੂ ਹੈ ਮੈਨੂੰ ਮਾਨ ਸਨਮਾਨ ਬਖਸ਼ਿਆ ਹੈ। ਮੇਰੀ ਇਹ ਚੇਅਰਪਰਸਨ ਬਣਨ ਤੋਂ ਬਾਅਦ ਕਿਸੇ ਕਾਲਜ ਵਿੱਚ ਪਹਿਲੀ ਵਿਜ਼ਿਟ ਹੈ ਅਤੇ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਬੱਚਿਆਂ ਦੇ ਨਾਲ ਅੱਜ ਮਿਲਾਂਗੀ, ਯੂਥ ਨੂੰ ਆਪਾਂ ਦੱਸਾਂਗੀ, ਉਹਨਾਂ ਨੂੰ ਉਹਨਾਂ ਦੇ ਵਿਊਜ਼ ਲਾਂਗੇ ਅਤੇ ਆਪਣੇ ਵੀ ਕੁਛ ਵਿਊਜ਼ ਉਹਨਾਂ ਨੂੰ ਦਾਂਗੇ ਕਿ ਹੋਰ ਉਹਨਾਂ ਦੀ ਐਡਵਾਈਸ, ਉਹਨਾਂ ਦੀ ਗਾਈਡੈਂਸ ਸਾਨੂੰ ਅੱਜ ਸਮਾਜ ਨੂੰ ਨੀਡ ਹੈ ਕਿ ਯੂਥ ਸਾਡਾ ਕੀ ਚਾਹੁੰਦਾ ਹੈ ਔਰ ਸਾਡਾ ਜਿੰਨਾ ਫਿਊਚਰ ਹੈ ਯੂਥ ਦੇ ਇਰਦ ਗਿਰਦ ਹੀ ਹੈ। ਅਤੇ ਬਹੁਤ ਅੱਛਾ ਲੱਗੇਗਾ, ਅੱਜ ਪਹਿਲੀ ਵਿਜ਼ਿਟ ਹੈ, ਬੜੇ ਉਤਸ਼ਾਹ ਨਾਲ ਆਈ ਹਾਂ, ਬਹੁਤ ਖੁਸ਼ੀ ਨਾਲ ਆਈ ਹਾਂ ਕਿ ਬਹੁਤ ਅੱਛਾ ਬੱਚਿਆਂ ਦੇ ਨਾਲ ਮਿਲ ਕੇ ਜਾਵਾਂਗੀ ਔਰ ਆਪਣਾ ਅਨੁਭਵ ਉਹਨਾਂ ਦੇ ਨਾਲ ਸ਼ੇਅਰ ਕਰਾਂਗੀ ਅਤੇ ਉਹਨਾਂ ਦੇ ਵੀ ਵਿਊਜ਼ ਮੈਂ ਇੱਥੋਂ ਲੈ ਕੇ ਜਾਵਾਂ। ਦੇਖੀਏ, ਉਪਰਾਲੇ ਤਾਂ ਇਹੀ ਹੋਈ ਨਾ, ਸਰਕਾਰ ਵੱਲੋਂ ਕੀ ਇਨੀਸ਼ੀਏਟਿਵ ਲਿੱਤੇ ਜਾ ਰਹੇ ਨੇ, ਮੈਂ ਵੀ ਸਰਕਾਰ ਦਾ ਹੀ ਪਾਰਟ ਹਾਂ। ਟਾਈਮ ਟੂ ਟਾਈਮ ਸਰਕਾਰਾਂ ਜਿਹੜੀਆਂ ਮਰਜ਼ੀ ਆਉਂਦੀਆਂ ਰਹਿਣ, ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ, ਲਾਅ 'ਚ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ, ਨਵੇਂ ਕਾਨੂੰਨ ਬਣਾਉਂਦੇ ਰਹਿੰਦੇ ਨੇ, ਸਰਕਾਰਾਂ ਆਪਣਾ ਕੰਮ ਕਰਦੀਆਂ ਰਹਿੰਦੀਆਂ ਨੇ, ਪਰ ਜਿੱਥੇ ਤੱਕ ਵੂਮਨ ਦੀ ਸੇਫਟੀ ਦੀ ਗੱਲ ਹੈ, ਵੂਮਨ ਐਮਪਾਵਰਮੈਂਟ ਦੀ ਗੱਲ ਹੈ, ਔਰਤ ਖੁਦ ਹੀ ਆਪਣੇ ਆਪ 'ਚ ਇੱਕ ਦੁਰਗਾ ਦਾ ਰੂਪ ਮੰਨੀ ਗਈ ਹੈ। ਮੈਨੂੰ ਇਹ ਲੱਗਦਾ ਹੈ ਕਿ ਔਰਤ ਤੋਂ ਵੱਧ ਕੇ ਮਜ਼ਬੂਤ ਕੋਈ ਹੈ ਹੀ ਨਹੀਂ। ਜਿਹੜੇ ਰੀਹੈਬ ਸੈਂਟਰ ਵੀ ਬਣੇ ਹੋਏ ਨੇ, ਸਰਕਾਰ ਨੇ ਗ੍ਰਿਫਤ ਬਣਾਈ ਕਿ ਜਿਹੜੇ ਨਸ਼ਾ ਵਧਾਈ ਹੈ ਕਿ ਨਸ਼ਾ ਵਿਕ ਰਿਹਾ ਉਹ ਨਹੀਂ ਵਿਕ ਰਿਹਾ, ਬੈਨ ਕਰ ਦਿੱਤਾ ਗਿਆ। ਰੀਹੈਬ ਸੈਂਟਰ 'ਚ ਜਿਹੜੇ ਲੈ ਰਹੇ ਸੀ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਚੁੱਕਾ ਗਿਆ, ਪਰ ਖਤਮ ਨਹੀਂ ਹਲੇ ਪੂਰੀ ਤਰ੍ਹਾਂ ਹੋਇਆ, ਇਹਨੂੰ ਤੁਸੀਂ ਜੜ੍ਹ ਤੋਂ ਨਹੀਂ ਖਤਮ ਹੋਇਆ, ਲੋੜ ਹੈ ਜੜ੍ਹ ਤੋਂ ਖਤਮ ਕਰਨ ਦੀ। ਜਿਸ ਦਿਨ ਜੜ੍ਹ ਤੋਂ ਖਤਮ ਹੋ ਗਿਆ ਆਪਾਂ ਉਸ ਦਿਨ ਕਹਾਂਗੇ ਕਿ ਪੰਜਾਬ ਵਿੱਚ ਹੁਣ ਡਰੱਗਸ ਨਹੀਂ ਲੈ ਰਹੇ ਬੱਚੇ। ਇਸੇ ਕਰਕੇ ਜਿਹੜਾ ਯੂਥ ਜਿਹੜਾ ਬਾਹਰ ਦਾ ਰੁੱਖ ਕਰ ਰਹੇ ਨੇ, ਦੇਖੋ ਅਲੱਗ ਅਲੱਗ ਮੈਂਟੈਲਿਟੀ ਹੈ, ਕੁਛ ਬੱਚੇ ਬਾਹਰ ਸੈਟਲ ਹੋਣਾ ਚਾਹੁੰਦੇ ਨੇ, ਕੁਛ ਪਰਿਵਾਰ ਆਪਣੇ ਬੱਚਿਆਂ ਨੂੰ ਦੂਰ ਭੇਜਣਾ ਚਾਹੁੰਦੇ ਨੇ, ਕੁਛ ਨੂੰ ਲੱਗਦਾ ਸੁਸਾਇਟੀ ਖਰਾਬ ਕਰ ਦੇਗੀ, ਕੁਛ ਮਨ 'ਚ ਡਰ ਰਹੇ ਕਿ ਇੱਥੇ ਕਾਨੂੰਨ ਨਾਮ ਦੀ ਹੁਣ ਕੋਈ ਚੀਜ਼ ਨਹੀਂ ਰਹੇਗੀ। ਅਲੱਗ ਅਲੱਗ ਵਿਊਜ਼ ਨੇ ਲੋਕਾਂ ਦੇ, ਇੱਕ ਮਿਲਿਆ ਜੁਲਿਆ ਵਿਚਾਰਧਾਰਾ ਹੈ ਜਿਹਦੇ ਕਰਕੇ ਸਾਡੇ ਬੱਚੇ ਬਾਹਰ ਜਾ ਰਹੇ। ਖਰੜ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।